ਮੁਲਾਕਾਤ ਕਰਾ ਰਿਹਾ ਤਰਸੈਮ ਸਿੰਘ ਠੇਕੇਦਾਰ ਜੀ ਜੋ ਕਿ ਕਈ ਅਹੁਦਿਆਂ ਤੇ ਕੰਮ ਕਰ ਰਹੇ ਨੇ ਤੇ ਆਪਣੇ ਠੇਕੇਦਾਰੀ ਦੇ ਸੰਬੰਧ ਵਿੱਚ ਇਹਨਾਂ ਨੂੰ ਪੁੱਛਦਿਆਂ ਵੀ ਕਿੰਨੇ ਵਰਕਰ ਰੱਖੇ ਨੇ ਉਹਨਾਂ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਧੰਨਵਾਦ ਕਰਦਾ ਤੁਹਾਡਾ ਜਿਨ੍ਹਾਂ ਨੇ ਕਿਸੇ ਲੇਬਰ ਵਾਲਾ ਦੀ ਮਾੜੀ ਮੋਟੀ ਸਾਰ ਲਈ ਆ ਤੇ ਸਰ ਜਿਸ ਤਰ੍ਹਾਂ ਦਾ ਮੈਂ ਤੁਹਾਨੂੰ ਲੱਗਦਾ ਵੀ ਡੀ ਸੀ ਸਾਹਿਬ ਨੇ 1952 ਤੋਂ ਜਿਵੇਂ 50 ਤੋਂ ਅੱਜ ਤੱਕ ਲਾਗੂ ਹੋਏ ਨੇ ਐਕਚੁਅਲੀ ਜਿੱਥੇ ਜਿਹੜਾ ਦਿਹਾੜੀਦਾਰ ਬੰਦਾ ਤੋਂ ਮੈਂ ਗੱਡੀ ਚਲਾਉਂਦਾ ਜਾਂ ਕੋਈ ਕਿਤੇ ਵੀ ਦਿਹਾੜੀ ਕਰਦਾ ਜੀ ਉਹਦੇ ਲਈ ਕਿਸੇ ਸਰਕਾਰ ਨੇ ਨਹੀਂ ਕੁਛ ਸੋਚਿਆ ਹੈਗਾ ਇਹਦੇ ਸੰਬੰਧ ਵਿੱਚ ਕਹਿਣਾ ਚਾਹੁੰਦੇ ਜੀ ਇਹਦੇ ਸੰਬੰਧ ਜੀ ਜਿਹੜਾ ਗਰੀਬ ਹੈ ਦਿਹਾੜੀ ਕਰਦਾ ਹੈ ਇਹਨੂੰ ਤਾਂ ਕੋਈ ਨਹੀਂ ਪੁੱਛਿਆ ਜਾਂਦਾ ਹੁਣ ਸਾਡੇ ਪੰਨੇਦਾਰ ਨੇ ਬੋਰੀਆਂ ਚੱਕਦੇ ਨੇ ਉਹਨਾਂ ਨੂੰ ਤਾਂ ਮਿੰਟ ਦਾ ਨਾ ਵੀ ਨਹੀਂ ਪੂਰਾ ਦਿੱਤਾ ਜਾਂਦਾ ਜੇ ਉਹ ਤਾਂ ਮਿੰਟ ਦਾ ਨਾ ਮੰਗਦੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਜੇ ਅਸੀਂ ਪਟਿਆਲੇ ਜਾਂ ਚੰਡੀਗੜ੍ਹ ਜਾਂਦੇ ਹਾਂ ਕੋਈ ਸਾਡਾ ਜਾਣੇ ਤੇ ਲੇਖ ਮਤਨ ਪੜ ਜੇ ਵਿਚਾਰੇ ਚੰਡੀਗੜ੍ਹ ਦੇ ਸੈਕਟਰਾਂ ਦਾ ਨਹੀਂ ਪਤਾ ਕਿਸੇ ਚੀਜ਼ ਦਾ ਇਹਨਾਂ ਨੂੰ ਕਾਗਜ਼ ਪੱਤਰ ਰੱਖ ਕੇ ਰਾਜ ਵਿੱਚ ਸਰਕਾਰੀ ਮੋੜ ਦਿੰਦੇ ਇਹਨਾਂ ਨੂੰ ਮੁੰਡਾ ਦੇ ਕੇ ਮੋੜ ਦਿੰਦੇ ਨੇ ਤੁਹਾਨੂੰ ਬਣਾਉਣੀ ਸਹੂਲਤਾਂ ਤੁਹਾਨੂੰ ਬਣਾਉਣੀ ਉਹ ਲੈ ਜਾਂਦੇ ਨੇ ਸਰਕਾਰਾਂ ਦੀ ਜਿਵੇਂ ਮੈਂ ਤਾਂ ਇਹ ਕਹਿੰਦਾ ਵੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਾਨੂੰ ਕਿਸੇ ਸਰਕਾਰ ਨੇ ਕੁਛ ਨੀ ਦਿੱਤਾ ਅਸੀਂ ਤਾਂ ਉਹਦੀ ਬੋਰੀ ਢੋ ਕੇ ਗੁਜ਼ਾਰਾ ਕਰਿਆ ਹੁਣ ਜਿਵੇਂ ਤੁਸੀਂ ਕਹਿੰਦੇ ਵੀ ਭਗਵੰਤ ਮਾਨ ਜੀ ਆਏ ਨੇ ਅਸੀਂ ਵੀ ਇਹਨਾਂ ਨੂੰ ਵੋਟਾਂ ਪਾਈਆਂ ਨੇ ਸਾਰਿਆਂ ਨੇ ਕਹਿਣਾ ਵੀ ਸਾਨੂੰ ਬਦਲਾਓ ਵੀ ਹੁਣ ਤੁਸੀਂ ਟਰਾਂਸਪੋਰਟ ਦੀ ਉਹ ਗੱਲ ਕਰ ਲਓ ਗੋਪਾਲ ਜੀ ਕਹਿ ਕੇ ਗਏ ਨੇ ਵੀ ਟਰਾਂਸਪੋਰਟ ਨੂੰ ਕੀ ਦੇਣਾ ਸਰਕਾਰ ਦੀ ਮੈਨੂੰ ਦੱਸਣਾ ਵੀ ਸਰਕਾਰ ਨੇ ਟਰਾਂਸਪੋਰਟ ਨੂੰ ਕੀ ਦਿੱਤੀ ਚੱਲਣ ਦਿੰਦੇ ਜਿਵੇਂ ਨਾ ਠੇਕੇਦਾਰੀ ਸਿਸਟਮ ਵਿੱਚ ਹਾਲੀ ਸੋਨੀ ਸੀਜ਼ਨ ਆਉਂਦਾ ਤਾਂ 1 ਅਰਬ ਤੋਂ ਉੱਤੇ ਦਾ ਠੇਕਾ ਜਿਹੜਾ ਠੇਕੇਦਾਰਾਂ ਨੂੰ ਦਿੱਤਾ ਜਾਂਦਾ ਵੀ ਉਹ ਆਪਣੇ ਦਿਹਾੜੀਦਾਰ ਜੋ ਬੰਦੇ ਰੱਖਦੇ ਨੇ ਉਹਨਾਂ ਨੂੰ ਵਧੀਆ ਕਮਰੇ ਪਾ ਕੇ ਦੇਣ ਉਹਨਾਂ ਨੂੰ ਰਹਿਣ ਵਾਸਤੇ ਦੇਣ ਇਹ ਸਹੂਲਤਾਂ ਅੱਗੇ ਦਿਹਾੜੀਦਾਰ ਨੂੰ ਦਿੱਤੀਆਂ ਜਾਂਦੀਆਂ ਨੇ ਜੀ ਦੇਖੋ ਜੀ ਕਿਸੇ ਦਿਹਾੜੀਦਾਰ ਨੂੰ ਕੁਛ ਨਹੀਂ ਦਿੱਤਾ ਜਾਂਦਾ ਜਿਹੜੇ ਅਫਸਰ ਨੇ ਇਹ ਠੇਕੇਦਾਰਾਂ ਤੋਂ ਲੱਖਾਂ ਰੁਪਏ ਲੈਂਦੇ ਜੇ ਅਸੀਂ ਟੈਂਡਰ ਪਾਉਂਦੇ ਹਾਂ ਸਾਨੂੰ ਠੇਕੇਦਾਰ ਨੂੰ ਬਰਾਬਰ ਟੈਂਡਰ ਦੇਣ ਜਦੋਂ ਘੱਟ ਵੀ ਦੇਣ ਤਾਂ ਨਾਲੇ ਸਰਕਾਰ ਦੀ ਬਚਤ ਹੈ ਨਾਲੇ ਸਾਨੂੰ ਸਾਰਾ ਕੁਛ ਮਿਲ ਜਾਵੇ ਸਾਨੂੰ ਤਾਂ ਜਿਹਦੇ ਕਾਗਜ਼ਾਂ ਦੇ ਵਿੱਚ ਰਿਐਕਟ ਕਰਿਆ ਜਾਂਦਾ ਹੈ ਵੀ ਗਾਹਾਂ ਨੂੰ ਇਹ ਮਤਲਬ ਠੇਕਾ ਨਾ ਨਾਲੇ ਇੱਕ ਦੇਖੋ ਤੁਸੀਂ ਬੋਰੀ ਅਸੀਂ ਚੱਕਣੀ ਹੁੰਦੀ ਹੈ ਜਦੋਂ ਉਹਨਾਂ ਨੇ ਠੇਕੇਦਾਰਾਂ ਦੀ 1 ਕਰੋੜ ਰੁਪਏ ਖਾ ਲਏ ਤਾਂ ਠੇਕੇਦਾਰ ਸਾਨੂੰ ਕੀ ਦਊਗਾ ਠੇਕੇਦਾਰ ਵੀ ਤਾਂ ਆਪਣਾ ਹੀ ਹੈ ਜੇ ਆਪਾਂ ਵਪਾਰੀ ਉਹ ਮਾਰਦਾ ਵਪਾਰੀ ਸਾਨੂੰ ਕੀ ਦਊ ਹੁਣ ਸਾਡੀਆਂ ਗੱਡੀਆਂ ਕਣਕ ਢੋਦੀਆਂ ਨੇ ਉਦੋਂ ਟਰੱਕਾਂ ਦਾ ਕੀ ਰੇਟ ਆ ਕੁਛ ਵੀ ਨਹੀਂ ਨਹੀਂ ਸਰ ਜਿਸ ਤਰ੍ਹਾਂ ਦਾ ਆਪਦਾ ਇੱਕ ਠੇਕੇਦਾਰ ਆ ਪਟਿਆਲਾ ਜ਼ਿਲ੍ਹੇ ਦੇ ਵਿੱਚ ਜੋ ਨਾਭਾ ਭਾਰਸੋਂ ਨੂੰ ਦੇਖਦਾ ਜੀ ਉਹ ਅਸੀਂ ਦੇਖਦੇ ਪਿਛਲੇ 20-25 ਸਾਲਾਂ ਤੋਂ ਚੱਲ ਰਿਹਾ ਇਹੀ ਜੀ ਉਹ ਕੀ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਠੇਕੇਦਾਰ ਦਾ ਠੇਕਾ ਉਹਨੂੰ ਦਿੱਤਾ ਜਾਂਦਾ ਵੀ ਹੋਰ ਕੋਈ ਠੇਕੇਦਾਰ ਹੈ ਨਹੀਂ ਪਟਿਆਲਾ ਜ਼ਿਲ੍ਹੇ 'ਚ ਪਟਿਆਲਾ ਨੇ ਕਿ ਸਾਰੇ ਠੇਕੇਦਾਰ ਨੇ ਜੀ ਇਹ ਜਿਹੜੇ ਅਫਸਰ ਨੇ ਜਾਂ ਸਾਡੇ MLA ਆਉਂਦੇ ਨੇ ਪਿਛਲੇ ਪੁਰਾਣੇ ਉਹਨਾਂ ਨੇ ਪਹਿਲਾਂ ਟੈਂਡਰ ਦਿੱਤੇ ਵੀ ਨੇ ਇਹਨਾਂ ਨੂੰ ਹੁਣ ਨਵੀਂ ਸਰਕਾਰ ਆਊਗੀ ਟੈਂਡਰ ਬਣਾਊਗੀ ਦੇਖੋ ਮੂਹਰੇ ਕੀ ਕਰੂ ਇਹ ਤਾਂ ਪਿੱਛੇ ਪੈਸੇ ਪੂਸੇ ਲਏ ਵੇ ਨੇ ਅਫਸਰਾਂ ਨੇ ਟੈਂਡਰ ਦਿੱਤੇ ਵੇ ਨੇ ਹੁਣ ਜਿਹੜਾ ਬੰਦਾ ਵਿਚਾਰਾ 1 ਕਰੋੜ ਰੁਪਇਆ ਉਹਦੀ ਜੇਬ 'ਚ ਲਾ ਕੇ ਆਇਆ ਉਹ ਸਾਨੂੰ ਕੀ ਦਊਗਾ ਇਹਦੀ ਤਰਸੈਮ ਸਿੰਘ ਜੀ ਜੋ ਕਿ ਠੇਕੇਦਾਰ ਵੱਲੋਂ ਆਪਣੀਆਂ ਜੋ ਦੱਸੀਆਂ ਗਈਆਂ ਮੁਸ਼ਕਲਾਂ ਨੇ ਅਤੇ ਠੇਕੇਦਾਰ ਕੀ ਕਰਦੇ ਨੇ ਜਿਸ ਤਰ੍ਹਾਂ ਅੱਗੋਂ ਠੇਕਾ ਸਰਕਾਰ ਤੋਂ ਲੈ ਕੇ ਥੱਲੇ ਨਿੱਘੇ ਠੇਕੇਦਾਰ ਰੱਖ ਲੈਂਦੇ ਨੇ ਜਿਨ੍ਹਾਂ ਦਾ ਵਿਚਾਰਾ ਘਰ ਦੀ ਦਿਹਾੜੀ ਵੀ ਪੂਰੀ ਨਹੀਂ ਹੁੰਦੀ ਧੰਨਵਾਦ ਜੀ ਸੋ ਮੱਚ